ਹਾਂਜੀ ਦੋਸਤੋ, ਆਪਾਂ ਖੜੇ ਹਾਂ ਮਹਾਰਾਸ਼ਟਰ ਦੇ ਵਿੱਚ ਪੂਨੇ ਦੇ ਇੱਕ ਨਾਲ ਪਿੰਡ ਦੇ ਵਿੱਚ, ਤੇ ਤੁਹਾਨੂੰ ਦਿਖਾਉਂਦੇ ਆ ਜੀ ਅਦਰਕ ਦੀ ਖੇਤੀ। ਇਹ ਅਦਰਕ ਹੈ, ਇਹ ਤਾਂ ਜਿਹੜੀ ਹਲਦੀ ਹੈਗੀ ਜਿਹੜੀ ਆਹ ਆਪਾਂ ਦੇਖ ਰਹੇ ਹਾਂ, ਇਹ ਤਾਂ ਹਲਦੀ ਹੈ, ਤੇ ਇਸ ਦੇ ਨਾਲ ਅੱਗੇ ਆਹ ਦੇਖੋ ਜੀ ਅਦਰਕ ਦੀ ਖੇਤੀ। ਤੇ ਅਦਰਕ ਦੀ ਖੇਤੀ ਇਹਦੇ ਵਿੱਚ ਕੀਤੀ ਜਾਂਦੀ ਹੈ ਪੂਨੇ ਵਿੱਚ। ਇੱਥੇ ਮੈਂ ਜਿਵੇਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਵੱਖ ਵੱਖ ਫਸਲਾਂ, ਜ਼ਿਆਦਾ ਇੱਥੇ ਗੰਨਾ ਹੁੰਦਾ, ਤੁਸੀਂ ਦੇਖ ਰਹੇ ਹੋ ਸਾਈਡਾਂ ਤੇ ਬਹੁਤ ਸਾਰਾ ਗੰਨਾ ਹੋਇਆ। ਗੰਨੇ ਦੇ ਨਾਲ ਪਿਆਜ਼ ਤੇ ਹੋਰ ਬਹੁਤ ਸਾਰੇ ਜਿਹੜੇ, ਇਹ ਦੇਖੋ ਅਦਰਕ। ਤੇ ਇੱਕ ਇੱਥੇ ਹੋਰ ਚੀਜ਼ ਜਿਹੜੀ ਦੇਖਣ ਨੂੰ ਮਿਲੀ ਕਿ ਜਦੋਂ ਆਪਾਂ ਦੇਖਦੇ ਹਾਂ ਇੱਕ ਪਾਸੇ ਤਾਂ ਦੇਖੋ ਤੁਸੀਂ ਜਿਵੇਂ ਉਹ ਗੰਨਾ ਗਾ ਉਹ ਕਾਫੀ ਵੱਡਾ ਖੜਾ ਗਾ, ਦੂਸਰੇ ਪਾਸੇ ਗੰਨਾ ਬਿਲਕੁਲ ਛੋਟਾ ਛੋਟਾ ਗਾ, ਤੇ ਆਦਾ ਅਦਰਕ ਜਿਵੇਂ ਇੱਥੇ ਪੂਰਾ ਵੱਡਾ ਹੋ ਰਿਹਾ ਗਾ, ਤੇ ਨਾਲ ਹੀ ਖੇਤ ਦੇ ਵਿੱਚ ਬਿਲਕੁਲ ਹੁਣੇ ਬੀਜਿਆ ਗਾ। ਇੱਥੇ ਇਹਦਾ ਜਦੋਂ ਸਾਨੂੰ ਪੁੱਛਣ ਤੇ ਪਤਾ ਲੱਗਿਆ ਕਿ ਇੱਥੇ ਮੌਸਮ ਹੈ ਜਿਹੜਾ ਇਸ ਵਕਤ ਲਗਭਗ ਇੱਕੋ ਜਿਹਾ ਰਹਿੰਦਾ, ਪਾਣੀ ਦੀ ਸਹੂਲਤ ਦੀ ਜਿਹੜੀ ਖੇਤੀ ਹੈ ਉਹ ਕੀਤੀ ਜਾਂਦੀ ਹੈਗੀ। ਜਦੋਂ ਜਿੰਨਾ ਕੁ ਬੰਦੇ ਲਵੇ ਪਾਣੀ ਹੁੰਦਾ ਉਸ ਹਿਸਾਬ ਨਾਲ ਜਿਹੜਾ ਉਹ ਖੇਤੀ ਕਰ ਲੈਂਦੇ ਨੇ। ਅਗੇਤੀ ਪਛੇਤੀ ਵਾਲਾ ਸਿਸਟਮ ਇੱਥੇ ਕੋਈ ਨਹੀਂ ਹੈਗਾ ਕਿ ਅਗੇਤੀ ਹੁੰਦੀ ਹੈ ਜਾਂ ਪਛੇਤੀ ਹੁੰਦੀ ਆ, ਤੇ ਇਹ ਸਾਰੀ ਡ੍ਰਿਪ ਇਰੀਗੇਸ਼ਨ ਹੁੰਦੀ ਹੈ। ਇੱਥੇ ਤੁਸੀਂ ਉਹ ਦੇਖ ਰਹੇ ਹੋ ਨੀਚੇ ਜਿਹੜੀ ਪਾਈਪਾਂ ਲੱਗੀਆਂ ਹੋਈਆਂ ਨੇ, ਇਹਨਾਂ ਪਾਈਪਾਂ ਨਾਲ ਹੀ ਜਿਹੜਾ ਇਹਨਾਂ ਨੂੰ ਪਾਣੀ ਦਿੱਤਾ ਜਾਂਦਾ, ਜਿਹੜੀਆਂ ਵੱਟਾਂ ਬਣਾਈਆਂ ਗਈਆਂ ਨੇ ਇਸ ਦੇ ਉੱਤੇ ਪਾਣੀ ਹੈ ਜਿਹੜਾ ਉਹ ਇਹਨਾਂ ਦੁਆਰਾ ਹੀ ਜਿਹੜਾ ਦਿੱਤਾ ਜਾਂਦਾ। ਆਜੋ ਆਪਾਂ ਗੱਲ ਕਰਦੇ ਹਾਂ, ਸਾਡੇ ਨਾਲ ਇੱਥੇ ਇੱਕ ਫਾਰਮਰ ਨੇ, ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸ ਦਿਆਂਗੇ ਕਿ ਜਿਹੜਾ ਅਦਰਕ ਹੈ ਇਹਦਾ ਕਿੰਨਾ ਕੁ ਬੈਨੀਫਿਟ ਹੁੰਦਾ ਤੇ ਹੋਰ ਜਿਹੜੀ ਕੀ ਖੇਤੀ ਹੁੰਦੀ ਆ। ਕੀ ਹਾਲ ਹੈ ਭਾਈ ਸਾਹਿਬ? ਕੁਛ ਨਹੀਂ, ਅੱਛੇ। ਅੱਛਾ ਅੱਛਾ, ਔਰ ਇੱਕ ਮੈਂ, ਚਲੋ ਆਪਾਂ ਉਹ ਗੱਲ ਬਾਅਦ ਚ ਕਰਾਂਗੇ, ਤੇ ਸਰ ਆਪ ਹਮੇ ਬਤਾਨਾ ਆਪਕੇ ਜੋ ਜੇ ਅਦਰਕ ਕੀ ਖੇਤੀ ਹੈ ਜਾਂ ਜੇ ਜੋ ਆਪ ਹਲਦੀ ਕੀ ਖੇਤੀ ਕਰਤੇ ਹੈ, ਤੋ ਇਸਕੇ ਬਾਰੇ ਮੈਂ ਬਤਾਨਾ ਹਮਾਰੇ ਦੋਸਤੋਂ ਕੋ। ਯੇ ਆਲੇ ਕਾ ਪੀਕ ਐਸਾ ਰਹਤਾ ਹੈ ਵੋ 8 ਮਹੀਨੇ ਮੇ ਮੰਥ ਮੇ ਨਿਕਲਨੇ ਕੋ ਆਤਾ ਹੈ, ਪਰ ਐਸਾ ਰਹੇਗਾ ਤੁਮਕੋ ਕਿ ਰੇਟ ਨਹੀਂ ਅਭੀ ਇਸਕੋ, ਤੋ ਤੁਮ 18 ਮਹੀਨੇ ਤੱਕ ਰੱਖ ਸਕਤੇ ਹੋ ਉਸਕੋ। ਐਸੇ ਹੀ ਖੇਤ ਮੇ? ਐਸੇ ਹੀ, ਅਭੀ ਇਤਨਾ ਇਤਨਾ ਸਾ ਹੈ ਤੋ ਇਤਨਾ ਬੜਾ ਹੋ ਜਾਏਗਾ। ਓਕੇ, ਜਬ ਰੇਟ ਆਏਗਾ ਤਬ ਨਿਕਾਲ ਸਕਤੇ ਹੋ। ਵੈਸੇ 8 ਮਹੀਨੇ ਕਾ ਖੇਤੀ ਹੈ ਜੀ? 8 ਮਹੀਨੇ। ਤੋ ਦੋਸਤੋ ਇੱਕ ਹੋਰ ਜਿਹੜੀ ਨਵੀਂ ਗੱਲ ਹੈਗੀ ਜਿਹੜੀ ਦੇਖਣ ਨੂੰ ਮਿਲੀ ਹੈਗੀ, ਸੁਣਨ ਨੂੰ ਮਿਲੀ ਹੈ ਕਿ ਜਿਹੜੀ ਅਦਰਕ ਦੀ ਖੇਤੀ ਹੈ ਵੈਸੇ ਤਾਂ ਇਹ 8 ਮਹੀਨਿਆਂ ਦੀ ਹੈ, ਪਰ ਜੇ ਤੁਸੀਂ ਚਾਹੋ ਮੰਨ ਲਓ ਤੁਹਾਨੂੰ ਰੇਟ ਤੁਹਾਨੂੰ ਲੱਗਦਾ ਕਿ ਹੁਣ ਰੇਟ ਰਹੇਗਾ, ਤਾਂ ਤੁਸੀਂ ਇਹਨੂੰ 18 ਮਹੀਨੇ ਤੱਕ ਜਿਹੜਾ 1.5 ਸਾਲ ਤੱਕ ਖੇਤ ਦੇ ਵਿੱਚ ਹੀ ਰੱਖ ਸਕਦੇ ਹੋ, ਤੁਹਾਡੀ ਖੇਤੀ ਵਧੀ ਜਾਊਗੀ। ਮਤਲਬ ਇਹ ਨਹੀਂ ਹੈਗਾ ਕਿ ਥੱਲੋਂ ਫਸਲ ਹੈ ਜਿਹੜੀ ਖਰਾਬ ਹੋ ਜੂਗੀ, ਉਹ ਹਾਂ ਉਹਨੇ ਵਧਣਾ ਹੀ ਹੈ, ਤੇ ਜਦੋਂ ਤੁਹਾਨੂੰ ਚੰਗਾ ਰੇਟ ਲੱਗਦਾ ਉਦੋਂ ਤੁਸੀਂ ਉਹਨੂੰ ਪੱਟ ਕੇ ਵੇਚ ਸਕਦੇ ਹੋ। ਤਾਂ ਇਹ ਕਿੰਨੇ ਕੁ ਦੀ ਹੋ ਜਾਂਦੀ ਹੈ ਖੇਤੀ? ਕਿਤਨੇ? 2 ਏਕੜ ਹੈ। 2 ਏਕੜ ਹੈ ਜੀ। ਇਸ ਕੋ ਪਾਣੀ ਬਾਰਿਸ਼ ਮੇ ਨਾ ਪਾਣੀ ਨਹੀਂ ਰੁਕਣਾ ਮੰਗਤਾ ਹੈ ਅਦਰਕ ਮੇ? ਅਦਰਕ ਮੇ ਨਹੀਂ ਤਾਂ ਖਰਾਬ ਹੋ ਜਾਤਾ ਹੈ। ਅੱਛਾ, ਆਪ ਡ੍ਰਿਪ ਇਰੀਗੇਸ਼ਨ ਹੀ ਕਰਤੇ ਹੋ ਇਸਸੇ? ਡ੍ਰਿਪ ਮੇ ਹੀ ਕਰਤੇ ਹੋ, ਔਰ ਇਸਮੇ ਪਾਣੀ ਨਹੀਂ ਰਹੇਗਾ ਤੋ ਇਹ ਕੁਆਲਿਟੀ 1 ਨੰਬਰ ਆਏਗਾ, ਪਾਣੀ ਬਾਰਿਸ਼ ਕਾ ਰਹੇਗਾ ਤੋ ਖਰਾਬ ਹੋ ਜਾਤਾ ਹੈ ਉਹ। ਬਹੁਤ ਖਰਾਬ ਹੋ ਜਾਤਾ ਹੈ। ਕਿਤਨਾ ਪ੍ਰੋਫਿਟ? ਅਬ ਇਸ ਕਿਤਨੇ ਕੀ ਖੇਤੀ ਹੋਈ ਹੈ ਆਪਕੀ ਲਾਸਟ ਈਅਰ ਇਸਮੇ ਸੇ? ਇਹ 35 ਤੋ 50 ਲੱਖ ਤੱਕ ਹੋ ਜਾਤਾ ਹੈ 2 ਏਕੜ ਮੇ। 50 ਲੱਖ ਤੱਕ 2 ਏਕੜ ਮੇ? ਦੋਸਤੋ ਮੇਰਾ ਇਹ ਸਮਝ ਲਓ ਵੀ ਖੇਤੀ ਬਹੁਤ ਵਧੀਆ ਹੈ। ਇਹ ਸਾਡੇ ਨਾਲ ਪਹਿਲਾਂ ਅਸੀਂ ਗੱਲਾਂ ਕਰਦੇ ਆ ਰਹੇ ਸੀ ਗੱਡੀ ਦੇ ਵਿੱਚ ਕਿ 70 ਲੱਖ ਦੀ ਜਿਹੜੀ ਪਿਛਲੇ ਵਾਰੀ 2 ਏਕੜ ਦੇ ਵਿੱਚੋਂ ਜਿਹੜੀ ਆਦੇ ਦੀ ਖੇਤੀ ਹੈ ਉਹ ਇਹਨਾਂ ਨੇ ਕੀਤੀ ਹੈ 70 ਲੱਖ
200 रुपए किलो जरा आता किन एक एकड़ में से कितना निकल आता है ये माल जाएगा तो 20-25 टन तक जाता है क्वालिटी पे रहता है सर क्वालिटी पे रहता है इसका रेट भी क्वालिटी पे लगता होगा ज्यादा हाँ क्वालिटी नहीं नहीं रेट फिक्स रहता है माल एक ही क्वालिटी रहता है ओके ठीक है बारिश में पानी नहीं रुका तो क्वालिटी का कुछ टेंशन है क्वालिटी एक ही नंबर ही आता है पानी नहीं रुकना है इसमें बस थोड़ा थोड़ा लगाना है पानी इसको हाँ पानी थोड़ा लगाना है बारिश का रुक गए ना तो गंदा होता है ज्यादा गीला रहेगा तो ਦੋਸਤੋ ਦੇਖ ਲੋ ਜਿਹੜਾ 50 ਲੱਖ ਦਾ ਜਿਹੜਾ ਉਹ 2 ਏਕੜ ਦੇ ਵਿੱਚੋਂ ਮਤਲਬ ਕਿ 25-30 ਲੱਖ ਦਾ ਇੱਕ ਕਿੱਲਾ ਪੈ ਜਾਂਦਾ ਹੈਗਾ 25-30 ਲੱਖ ਦਾ ਜਿਹੜਾ ਇੱਕ ਕਿੱਲਾ ਉਹ ਅਦਰਕ ਦੀ ਖੇਤੀ ਚੋਂ ਹੁੰਦਾ ਹੈਗਾ ਤੇ ਨਾਲ ਇਹ ਦੇਖੋ ਉਹ ਤੁਸੀਂ ਦੇਖ ਰਹੇ ਹੋ ਨਾਲ ਪਾਈਪ ਹੈ ਪਾਈਪਾਂ ਨਾਲ ਬਸ ਤੌਕਾ ਪਾਣੀ ਹੈ ਜਿਹੜਾ ਇਹਨਾਂ ਨੂੰ ਡਿੱਗਦਾ ਹੈਗਾ ਤੇ ਆ ਦੇਖੋ ਆਦੇ ਦੀ ਕੁਆਲਿਟੀ ਹੁਣ ਇਹ ਫਸਲ ਤਿਆਰ ਹੈ ਤੁਹਾਡੀ ਆਪਕੀ ਫਸਲ ਜੇ ਰੈਡੀ ਹੈ ਹਾਂ ਰੈਡੀ ਹੈ 8 ਕਿੰਨਾ ਟਾਈਮ ਹੋ ਗਿਆ ਇਸ ਕੋ ਲਗੇ ਕੋ 6 ਮਹੀਨਾ ਹੋ ਗਿਆ ਅਭੀ ਨਹੀਂ ਆ 2 ਮਹੀਨੇ 2 ਮਾਹ ਔਰ ਪਰ ਨਹੀਂ ਨਿਕਾਲेंगे ਬਾਰਿਸ਼ ਕੇ ਟਾਈਮ ਨਿਕਾਲेंगे ਤੋ ਤਬ ਤੱਕ ਇਹ ਵੀ ਜੋ ਰਹਿਤਾ ਹੈ ਨਾ ਗੱਡਾ ਖਾਲੀ ਕਾ ਉਹ ਵੀ ਵੱਡ ਜਾਏਗਾ ਔਰ ਮਾਲ ਵੀ ਜ਼ਿਆਦਾ ਨਿਕਲੇਗਾ ਹਾਂ ਆਪ ਜਬ ਰੇਟ ਕੇ ਹਿਸਾਬ ਸੇ ਨਿਕਾਲਦੇ ਹੋ ਇਸ ਕੋ 8 ਮਹੀਨੇ ਪਰ ਵੀ ਨਿਕਾਲ ਸਕਤੇ ਹੋ 12 ਮਹੀਨੇ ਨਿਕਲ ਸਕਤਾ ਹੂੰ 14-15-16 ਐਸਾ 18 ਮਹੀਨੇ ਤੱਕ ਕੋਈ ਟੈਨਸ਼ਨ ਨਹੀਂ 18 ਮਹੀਨੇ ਤੱਕ ਕੋਈ ਟੈਨਸ਼ਨ ਨਹੀਂ ਕੁਛ ਹੋਤਾ ਵੀ ਨਹੀਂ ਉਸਕੇ ਬਾਅਦ ਕਿਆ ਹੋਤਾ ਹੈ ਖਰਾਬ ਹੋ ਜਾਤਾ ਹੈ ਨੀਚੇ ਸੇ ਤਾਂ ਦੋਸਤੋ ਇੱਕ ਇਹਦੇ ਵਿੱਚ ਹੋਰ ਜਿਹੜੀ ਵਧੀਆ ਗੱਲ ਹੈ ਉਹ ਹੈ ਕਿ 8 ਮਹੀਨੇ ਦੀ ਖੇਤੀ ਹੈ ਜੇਕਰ ਤੁਹਾਨੂੰ ਰੇਟ ਹੈਗਾ ਤਾਂ ਤੁਸੀਂ 8ਵੇਂ ਮਹੀਨੇ ਕੱਢ ਲਓ 9ਵੇਂ 10ਵੇਂ ਜਦੋਂ ਤੁਹਾਨੂੰ ਰੇਟ ਲੱਗਦਾ ਕਿ ਹੁਣ ਰੇਟ ਵਧੀਆ ਮੈਨੂੰ ਚੰਗਾ ਰੇਟ ਮਿਲ ਸਕਦਾ ਹੈਗਾ ਉਦੋਂ ਜਿਹੜਾ ਆਪਾਂ ਅਦਰਕ ਦੀ ਜਿਹੜੀ ਨੀਚੋ ਜਿਹੜਾ ਇਹ ਕੱਢ ਸਕਦੇ ਹਾਂਗੇ ਇਹ ਜ਼ਿਆਦਾ ਤਾਂ ਸਤਾਰਾ ਏਰੀਆ ਮੇ ਚਲਤਾ ਹੈ ਸਤਾਰਾ ਏਰੀਆ ਮੇ ਹਾਂ ਅੱਛਾ ਇਹ ਹਮਨੇ ਤੀਸਰਾ ਬਰਸ ਹੈ ਪ੍ਰਯੋਗ ਕੀਤਾ ਥਾ ਆਤਾ ਹੈ ਕਿ ਨਹੀਂ ਤੋ ਇਤਨਾ ਬੜੀ ਆ ਗਈ ਕਿ ਉਧਰ ਸੇ ਲੋਕ ਦੇਖਨੇ ਆਤੇ ਹੈ ਹਮਾਰੇ ਯਹਾਂ ਅੱਛਾ ਠੀਕ ਹੈ ਠੀਕ ਹੈ ਉਹ ਕਰਤੇ ਉਹ ਵੀ ਦੇਖਨੇ ਆਤੇ ਯਾਰ ਕਿਤਨਾ ਬੜੀ ਆ ਇਹ ਓਕੇ ਜੋ ਠੀਕ ਹੈ ਆਪਕੇ ਮੌਸਮ ਲਗਭਗ ਸਾਰੀ ਐਸਾ ਹੀ ਰਹਤਾ ਹੈ ਸੇਮ ਐਸਾ ਹੀ ਹਾਂ ਐਸਾ ਹੀ ਰਹਤਾ ਹਾਂ ਮੌਸਮ ਕਾ ਕੋਈ ਅਸਰ ਨਹੀਂ ਹੈ ਠੀਕ ਹੈ ਕਿ ਕਿਸ ਮਹੀਨੇ ਮੇ ਇਸਕੀ ਖੇਤੀ ਸ਼ੁਰੂ ਕਰਤੇ ਹੋ ਆਪ ਜੂਨ ਮੇ ਲਗਾਨਾ ਪੜਤਾ ਹੈ ਇਸਕੋ ਜੂਨ ਮੇ ਲਗਤਾ ਹੈ ਜੀ ਠੀਕ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਜਿਹੜੀ ਮੁਨਾਫੇ ਵਾਲੀ ਖੇਤੀ ਹੈ 200 ਰੁਪਏ ਕਿਲੋ ਜੇਕਰ ਵਿਕਿਆ ਤਾਂ ਤੁਸੀਂ ਲਾ ਲਓ ਸਾਹਿਬ 25 ਲੱਖ ਦਾ ਕਿੱਲਾ ਇਹ ਤਾਂ ਸਿਰਾ ਗੱਲਬਾਤ ਹੋਈ ਪਈ ਆ ਸੋ ਚਲੋ ਵੱਖਰੀ ਵੱਖਰੀ ਖੇਤੀ ਹੈ ਇੰਡੀਆ ਦੇ ਵੱਖ ਵੱਖ ਰੰਗ ਨੇ ਸੋ ਦੋਸਤੋ ਹੋਰ ਵੀ ਜਿਹੜਾ ਇੱਥੇ ਅਸੀਂ ਜਿਵੇਂ ਹੁਣ ਪੂਨੇ ਦੇ ਵਿੱਚ ਆਏ ਹੋਏ ਆ ਜਿਹੜੀ ਹੋਰ ਵਧੀਆ ਜਿਹੜੀ ਕੋਈ ਫਸਲ ਹੋਊਗੀ ਜਾਂ ਜੋ ਵੀ ਚੀਜ਼ ਹੈ ਉਹ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਹਲਦੀ ਅਦਰਕ ਤੋ ਠੀਕ ਹੈ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ